ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਣਾ ਆਪਣਾ ਮਨ ਜੋੜਨਾ ਕਰੋ। ਧੰਨ ਧੰਨ ਸਾਹਿਬ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਿਤਨੀ ਵੀ ਗੁਰਬਾਣੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਕਿਤ ਕੀਤੀ ਹੈ, ਦਰਜ ਕੀਤੀ ਹੈ ਮਨ ਦੇ ਤਨ ਦੇ ਭਲੇ ਵਾਸਤੇ। ਜਿਹੜੇ ਮਨ ਪਵਿੱਤਰ ਪਾਵਨ ਗੁਰਬਾਣੀ ਨੂੰ ਸੁਣ ਲੈਂਦੇ ਹਨ, ਕਿਉਂਕਿ ਮਨ ਤਨ ਦੇ ਵਿੱਚ ਰਹਿੰਦਾ ਹੈ, ਇਹਦਾ ਟਿਕਾਣਾ ਇਸ ਸਰੀਰ ਦੇ ਵਿੱਚ ਹੈ। ਜੇ ਸਰੀਰ ਹੈ ਤਾਂ ਮਨ ਹੈ, ਜੇ ਸਰੀਰ ਨਹੀਂ ਤਾਂ ਮਨ ਨੂੰ ਹੋਰ ਕੋਈ ਥਾਂ ਨਹੀਂ ਰਹਿਣ ਵਾਸਤੇ। ਜੇ ਕਿਧਰੇ ਭੱਜਾ ਵੀ ਫਿਰਦਾ ਹੈ ਤਾਂ ਲੋਕ ਭੂਤ ਪ੍ਰੇਤ ਆਖਦੇ ਹਨ। ਮਾਝ ਮਹੱਲਾ ਪੰਜਵਾਂ, ਦਿਨ ਰਹਿਣ ਦੇ ਉਪਦੇਸ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ ਪਵਿੱਤਰ ਗੁਰਬਾਣੀ ਵਿੱਚ, ਮਾਝ ਰਾਗ ਵਿੱਚ। ਮਾਝ ਮਹੱਲਾ ਪੰਜਵਾਂ, ਦਿਨ ਰਹਿਣ। ਆ ਜਿਹੜੀ ਜ਼ਿੰਦਗੀ ਮਿਲੀ ਹੈ, ਦਿਨ ਵੀ ਚੜ੍ਹਦਾ ਹੈ ਰਾਤ ਵੀ ਆਉਂਦੀ ਹੈ, ਬਸ ਇਸੇ ਤਰ੍ਹਾਂ ਰਾਤ ਪੈ ਜਾਂਦੀ ਹੈ ਦਿਨ ਚੜ੍ਹ ਜਾਂਦਾ ਹੈ, ਰਾਤ ਪੈ ਜਾਂਦੀ ਹੈ ਦਿਨ ਚੜ੍ਹ ਜਾਂਦਾ ਹੈ। ਇਸ ਤਰ੍ਹਾਂ ਕਰਕੇ ਹੌਲੀ 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 ਸਾਰੀ ਉਮਰ ਮੁੱਕ ਜਾਂਦੀ ਹੈ। ਗੁਰਦੇਵ ਪਿਤਾ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਿਨ ਰਹਿਣ ਦੇ ਸ਼ਬਦ ਉਚਾਰਨ ਕੀਤੇ ਹਨ। ਐ ਬੰਦੇ ਐ ਬੰਦੀ, ਆ ਜਿਹੜੇ ਦਿਨ ਤੈਨੂੰ ਮਿਲੇ ਹਨ, ਰਾਤਾਂ ਮਿਲੀਆਂ ਹਨ, ਇਹ ਐਵੇਂ ਨਾ ਇਹਨਾਂ ਨੂੰ ਗਵਾ ਲੈ, ਐਵੇਂ ਨਾ ਇਹਨਾਂ ਨੂੰ ਵਿਅਰਥ ਜਾਣ ਦੇ। ਜੇ ਰਾਤ ਪੈਂਦੀ ਹੈ ਆਰਾਮ ਵੀ ਕਰਿਆ ਕਰ, ਸਿਮਰਨ ਵੀ ਕਰਿਆ ਕਰ, ਪਰ ਤੇਰੀ ਤਾਂ ਹਾਲਤ ਇਹ ਹੈ, ਰਾਤ ਜੇ ਸੋਵ ਹੈ ਦਿਨ ਕਰ ਹੈ ਕਾਮ, ਇੱਕ ਖਿਨ ਲਿਹੇ ਨਾ ਹਰ ਕੋ ਨਾਮ। ਤਿੰਨ ਐਪੀਸੋਡ ਆਪ ਜੀ ਨੇ ਅੱਗੇ ਸਰਵਣ ਕੀਤੇ ਹਨ, ਮਾਝ ਮਹੱਲਾ ਪੰਜਵਾਂ, ਦਿਨ ਰਹਿਣ, ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਸਤਿਗੁਰਾਂ ਦੇ ਦੂਰ ਤੱਕ ਗਿਆਨ ਦਿੰਦੇ ਹਨ। ਇਸ ਕਰਕੇ ਕਥਾ ਜਿਹੜੀ ਹੈ ਕਈ ਹਿੱਸਿਆਂ ਵਿੱਚ ਕਰਕੇ ਆਪੋ ਆਪਣੇ ਮਨਾਂ ਨੂੰ ਆਪਾਂ ਪਵਿੱਤਰ ਪਾਵਨ ਗੁਰਬਾਣੀ ਵਿੱਚੋਂ ਉਪਦੇਸ਼ ਬਖਸ਼ਿਸ਼ ਕਰਦੀ ਹੈ। ਜੋ ਗੁਰਬਾਣੀ ਉਸਨੂੰ ਇਹਨਾਂ ਸਰਵਣਾਂ ਕੰਨਾਂ ਦੇ ਨਾਲ ਸਰਵਣ ਕਰਨਾ ਹੈ। ਅੱਗੇ ਆਪ ਜੀ ਨੇ ਸਰਵਣ ਕੀਤਾ ਸੀ ਦਿਨ ਰਹਿਣ ਜੇ ਪ੍ਰਭ ਕੋ ਸੇਵਦੇ। ਜਿਹੜੇ ਦਿਨੇ ਰਾਤੀ ਆਪਾਂ ਅਕਾਲ ਪੁਰਖ ਜੀ ਨੂੰ ਯਾਦ ਕਰਦੇ ਹਨ, ਨਾਮ ਜਪਦੇ ਹਨ, ਸਿਮਰਨ ਕਰਦੇ ਹਨ, ਤਿੰਨ ਕੈ ਸਦ ਬਲਿਹਾਰ, ਸੰਤ ਅਰਾਧਨ ਸਦ ਸਦਾ, ਸਭਨਾ ਕਾ ਬਖਸਿੰਦ, ਜਿਉ ਪਿੰਡ ਜਿਨ ਸਾਜਿਆ, ਕਰ ਕਿਰਪਾ ਦਿੱਤੀ ਨੂੰ ਜਿੰਦ। ਗੁਰ ਸਬਦੀ ਆਰਾਧੀ ਹੈ, ਜਪੀਏ ਨਿਰਮਲ ਮੰਤ, ਵਾਹਿਗੁਰੂ ਕੀਮਤ ਕਹਿਣ ਨਾ ਜਾਈਏ, ਪਰਮੇਸ਼ੁਰ ਬੇਅੰਤ। ਇਹ ਵੀ ਆਪ ਜੀ ਨੇ ਸਰਵਣ ਕੀਤਾ ਸੀ, ਜਿਸ ਮਨ ਵਸੈ ਨਾਰਾਇਣੋ ਸੋ ਕਹੀਐ ਭਗਵੰਤ, ਜੀ ਕੀ ਲੋਚਾ ਪੂਰੀਐ ਮਿਲੇ ਸੁਆਮੀ ਕੰਤ, ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ।
ਦਿਨ ਰਹਿਣ ਜਿਸ ਨਾ ਵਿਸਰੈ ਨਾ ਵਿਸਰੈ ਸੋ ਹਰਿਆ ਹੋਵੇ ਜੰਤ। ਹੁਣ ਸੰਨ 2018 ਹੈ, ਬਸੰਤ ਰੁੱਤ ਚੱਲ ਰਹੀ ਹੈ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, ਕਰਮ ਲਿਖਣ ਤੇ ਪਾਈਏ ਇਹ ਰੁੱਤ ਸੁਹਾਈ। ਇਹ ਬੜੀ ਸੋਹਣੀ ਰੁੱਤ ਹੈ, ਫਲ ਲੱਗਦੇ ਹਨ, ਫੁੱਲ ਲੱਗਦੇ ਹਨ, ਬੰਦੇ ਨੂੰ ਵੀ ਸਤਿਗੁਰੂ ਜੀ ਸਮਝਾਉਂਦੇ ਹਨ, ਬਸੰਤ ਚੜਿਆ ਫੁੱਲੀ ਬਨ ਰਾਏ, ਸਾਰੀ ਵਣਸਪਤੀ ਫੁੱਲ ਫਲ ਰਹੀ ਹੈ। ਐ ਬੰਦੇ ਐ ਬੰਦੀ, ਤੂੰ ਕਿਉਂ ਨਹੀਂ ਨਾਮ ਜਪਦਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ, ਵਾਹਿਗੁਰੂ ਜੀ ਦਾ ਨਾਮ ਜਪ ਕੇ ਤੂੰ ਕਿਉਂ ਨਹੀਂ ਹਰਿਆ ਭਰਿਆ ਹੁੰਦਾ। ਅੱਗੋਂ ਅੱਜ ਇਸ ਦਿਨ ਰਹਿਣ ਸ਼ਬਦ ਦੀ ਕਥਾ ਦੀ ਸਮਾਪਤੀ ਵਾਹਿਗੁਰੂ ਦੀ ਕਿਰਪਾ ਨਾਲ ਹੋ ਜਾਵੇਗੀ। ਕੋਸ਼ਿਸ਼ ਕਰਨਾ, ਜੋ ਹੁਕਮ ਹਨ ਗੁਰੂ ਮਹਾਰਾਜ ਜੀ ਦੇ, ਉਹ ਇਸ ਮਨ ਨੂੰ ਸਮਝ ਪੈ ਜਾਣ। ਚੌਥਾ ਅੰਕ ਹੈ, ਸਰਬ ਕਲਾ ਪ੍ਰਭ ਪੂਰਨ, ਸਰਬ ਕਲਾ ਪ੍ਰਭ ਪੂਰਨ। ਅਕਾਲ ਪੁਰਖ ਵਾਹਿਗੁਰੂ ਜੀ ਸਰਬ ਕਲਾ ਸੰਪੂਰਨ ਹਨ, ਜਿਤਨੀਆਂ ਕਲਾ ਤਾਕਤਾਂ ਦੁਨੀਆਂ ਦੇ ਵਿੱਚ ਜੀਆਂ ਨੂੰ ਮਿਲ ਰਹੀਆਂ ਹਨ, ਉਹ ਸਾਰੀਆਂ ਕਲਾ, ਉਹ ਸਾਰੀਆਂ ਸ਼ਕਤੀਆਂ, ਉਹ ਸਾਰੀਆਂ ਤਾਕਤਾਂ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਆ ਰਹੀਆਂ ਹਨ। ਪੂਰਨ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਜੀਆਂ ਨੂੰ ਮਿਲ ਰਹੀਆਂ ਹਨ, ਜੀ ਤੁਰ ਫਿਰ ਰਹੇ ਹਨ, ਉੱਡ ਰਹੇ ਹਨ, ਚੱਲ ਫਿਰ ਰਹੇ ਹਨ, ਸਵਾਸ ਲੈ ਰਹੇ ਹਨ। ਬੰਦੇ ਦੀ ਕੀ ਤਾਕਤ ਹੈ, ਬੰਦੇ ਕੋਲ ਕਿਹੜਾ ਬਲ ਹੈ, ਇਸ ਦਾ ਬਲ ਨਾਹੀ ਇਸ ਹਾਥ, ਕਰਨ ਕਰਾਮਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀ। ਸਰਬ ਕਲਾ ਪ੍ਰਭ ਪੂਰਨ, ਮੰਨ ਮਾਣੀ ਥਾਉ। ਸਤਿਗੁਰੂ ਜੀ ਫਰਮਾਉਂਦੇ ਹਨ, ਮਨ ਮੈਂ ਨਿਮਾਣੀ ਦਾ ਕਿਹੜਾ ਸਥਾਨ ਹੈ, ਸਤਿਗੁਰੂ ਜੀ ਮੇਰੇ ਕੋਲ ਕੋਈ ਤਾਕਤ ਨਹੀਂ, ਮੇਰੇ ਕੋਲ ਕੋਈ ਸ਼ਕਤੀ ਨਹੀਂ, ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ। ਸਰਬ ਕਲਾ ਪ੍ਰਭ ਪੂਰਨ, ਸਾਰੀਆਂ ਕਲਾ ਤਾਕਤਾਂ ਦੇ ਮਾਲਕ ਵਾਹਿਗੁਰੂ ਜੀ ਹਨ। ਮਨ ਨਿਮਾਣੀ ਥਾਉ, ਮੈਂ ਨਿਮਾਣੀ ਦੇਹ ਦੇ ਵਿੱਚ ਜਿੱਥੇ ਮਨ ਰਹਿ ਰਿਹਾ ਹੈ, ਮੈਂ ਆਤਮਾ ਰਹਿ ਰਹੀ ਹਾਂ, ਇਹ ਜਿੰਨਾ ਵੀ ਬਲ ਹੈ, ਉਂਗਲਾਂ ਹਿਲਦੀਆਂ ਹਨ, ਜੀਭ ਚੱਲਦੀ ਹੈ, ਅੱਖਾਂ ਦੇਖਦੀਆਂ ਹਨ, ਕੰਨ ਸੁਣਦੇ ਹਨ, ਪੈਰ ਚੱਲਦੇ ਹਨ, ਸਾਹ ਆ ਰਹੇ ਹਨ ਨਾਸਕਾ ਤੋਂ, ਇਹ ਸਾਰੀ ਕਲਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਵਰਤਾਈ ਹੋਈ ਹੈ। ਨਹੀਂ ਤਾਂ ਮੇਰੀ ਕੀ ਤਾਕਤ ਹੈ, ਮਨ ਨਿਮਾਣੀ ਥਾਉ, ਮੇਰਾ ਕੀ ਬਲ ਹੈ। ਹਰ ਓਟ ਗਹੀ ਮਨ ਅੰਦਰੇ, ਅਕਾਲ ਪੁਰਖ ਵਾਹਿਗੁਰੂ ਜੀ ਦੀ ਓਟ ਜਿਸ ਮਨ ਦੇ ਅੰਦਰ ਹੈ, ਜਿਸ ਮਨ ਨੇ ਵਾਹਿਗੁਰੂ ਜੀ ਦੀ ਓਟ ਲਈ ਹੋਈ ਹੈ,
ਓਟ ਦਾ ਭਾਵ ਆਸਰਾ ਲਿਆ ਹੋਇਆ ਹੈ। ਉਹ ਮਨ ਜਪਦਾ ਹੈ ਵਾਹਿਗੁਰੂ 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 ਵਾਹਿਗੁਰੂ। ਹਰ ਓਟ ਗਹੀ ਮਨ ਅੰਦਰ ਜਪ ਜਪ ਜੀਵਾਨਾ ਆਖਾਂ ਜੀਵਾ ਵਿਸਰੈ ਮਰ ਜਾ। ਜਪ ਜਪ ਜੀਵਾ ਸਤਿਗੁਰ ਜੀ ਫਰਮਾਉਂਦੇ ਹਨ ਹਰ ਬੰਦੇ ਨੇ ਆਪਣੇ ਮਨ ਨੂੰ ਆਖਣਾ ਹੈ ਮਨਾ ਜੇ ਜਿਉਣਾ ਚਾਹੁੰਦਾ ਹੈ ਤਾਂ ਨਾਮ ਜਪ ਨਾਨਕ ਨਾਮ ਮਿਲੈ ਤਾਂ ਜੀਵਾ। ਹੁਣ ਬਸੰਤ ਰੁੱਤ ਹੈ ਤਨ ਮਨ ਥੀਵੈ ਹਰਿਆ। ਇਹ ਤਨ ਤੇ ਮਨ ਹਰਿਆਵਲ ਵਿੱਚ ਆ ਜਾਵੇਗਾ ਬੋਲ ਮਿੱਠੇ ਹੋ ਜਾਣਗੇ ਤਨ ਗੁਰਬਾਣੀ ਸਰਵਣ ਕਰਨ ਲੱਗ ਪੈਣਗੇ ਸੁਣਨ ਲੱਗ ਪੈਣਗੇ ਪੈਰ ਗੁਰੂ ਵੱਲ ਚੱਲਣ ਲੱਗ ਪੈਣਗੇ ਹੱਥ ਸੇਵਾ ਕਰਨ ਲੱਗ ਪੈਣਗੇ। ਜਪ ਜਪ ਜੀਵਾ ਨਾਮ ਕਰ ਕਿਰਪਾ ਪ੍ਰਭ ਆਪਣੀ ਵਾਹਿਗੁਰੂ ਵਾਹਿਗੁਰੂ ਕਰ ਕਿਰਪਾ ਪ੍ਰਭ ਆਪਣੀ। ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਾਤੇ ਹੀ। ਸਤਿਗੁਰ ਜੀ ਮਿੱਟੀ ਵੀ ਕਦੀ ਧੋਤੀ ਗਈ ਆ ਸਾਡੀ ਦੇਹ ਵੀ ਮਿੱਟੀ ਦੀ ਹੈ ਜਿੰਨਾ ਮਰਜ਼ੀ ਧੋ ਲਈਏ ਇਹ ਮਿੱਟੀ ਧੋਤੀ ਨਹੀਂ ਜਾਂਦੀ ਮਨ ਧੋਣਾ ਹੈ ਸ਼ਬਦ ਦੇ ਲੜ ਲੱਗ ਕੇ। ਮਨ ਧੋਵੋ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ। ਮਨ ਨੂੰ ਧੋਵੋ ਸ਼ਬਦ ਨਾਲ ਜੁੜ ਕੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਕਿਰਪਾ ਕਰੋ ਮਾਲਕ ਵਾਹਿਗੁਰੂ ਜੀ ਅਕਾਲ ਪੁਰਖ ਜੀ ਦੀਨ ਦੁਨੀਆ ਦੇ ਮਾਲਕ ਮੇਰੇ ਮਾਲਕ ਮੇਰੇ ਸਿਰਜਣਹਾਰ ਹਰ ਜੀ ਨੇ ਹਰ ਬੰਦੇ ਨੇ ਹਰ ਬੰਦੀ ਨੇ ਆਖਣਾ ਹੈ ਅਕਾਲ ਪੁਰਖ ਜੀ ਵੱਲ ਧਿਆਨ ਜੋੜ ਕੇ ਆਪਣੇ ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਆਪਣੇ ਮਨ ਨੂੰ ਜੋੜ ਕੇ ਚਰਨ ਧੂੜ ਹੋ ਜਾਣਾ ਹੈ ਸਾਧ ਸੰਗਤ ਦੀ। ਕਰ ਕਿਰਪਾ ਪ੍ਰਭ ਆਪਣੀ ਵਾਹਿਗੁਰੂ ਜੀ ਆਪਣੀ ਕਿਰਪਾ ਕਰੋ ਜਨ ਧੂਣੀ ਸੰਗ ਸਮਾਓ। ਮੈਂ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਦੇ ਵਿੱਚ ਸਮਾ ਜਾਵਾਂ ਚਰਨ ਧੂੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕੋ ਬਣ ਜਾਏ। ਚਰਨ ਧੂੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕੋ ਬਣ ਜਾਈ। ਸਤਿਗੁਰੂ ਜੀ ਕਿਰਪਾ ਕਰੋ ਕਰ ਕਿਰਪਾ ਪ੍ਰਭ ਆਪਣੀ ਮੈਨੂੰ ਆਪਣਾ ਜਨ ਬਣਾ ਲਓ ਸੇਵਕ ਬਣਾ ਲਓ ਤੂੜੀ ਸੰਗ ਸਮਾਓ। ਮੈਂ ਸਾਧ ਸੰਗਤ ਦੇ ਚਰਨਾਂ ਦੀ ਧੂੜ ਦੇ ਵਿੱਚ ਮਿਲਿਆ ਰਵਾਂ ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੈ। ਵਾਹਿਗੁਰੂ 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 ਵਾਹਿਗੁਰੂ।
ਜਿਉਂ ਤੂੰ ਰੱਖ ਹੈ ਤਿਉਂ ਰਹਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਫਰਮਾਉਂਦੇ ਹਨ ਵਾਹਿਗੁਰੂ ਜੀ ਜਿਵੇਂ ਤੁਸੀਂ ਜੀਆਂ ਨੂੰ ਰੱਖ ਰਹੇ ਹੋ ਹਰ ਜੀਵੜਾ ਜਿਹਦੇ ਵਿੱਚ ਜੀ ਹੈ ਉਹ ਤੁਹਾਡੇ ਹੁਕਮ ਅਨੁਸਾਰ ਰਹਿ ਰਿਹਾ ਜਿੱਥੇ ਰੱਖ ਹੈ ਬੈਕੁੰਠ ਤੇ ਥਾਈ ਜਿੱਥੇ ਰੱਖਦੇ ਹੋ ਉਹੀ ਉਹ ਬੈਕੁੰਠ ਹੈ ਜਿਵੇਂ ਰੱਖਦੇ ਹੋ ਵਾਹ ਭਲਾ ਹੈ ਜਿਉਂ ਤੂੰ ਰੱਖ ਹੈ ਤਿਉਂ ਰਹਾ ਜਿਉਂ ਤੂੰ ਰੱਖ ਹੈ ਜਿਹੜੇ ਸੋਹਣੇ ਸੋਹਣੇ ਕੱਪੜੇ ਤੁਸਾਂ ਦਿੱਤੇ ਹੋਏ ਨੇ ਵਸਤਰ ਦਿੱਤੇ ਹੋਏ ਹਨ ਇਹ ਤੁਸਾਂ ਦੇ ਦਿੱਤੇ ਹੋਏ ਅਸੀਂ ਪਹਿਨਦੇ ਹਾਂ 36 ਪ੍ਰਕਾਰ ਦਾ ਭੋਜਨ ਛਕ ਰਹੇ ਹਾਂ ਫਲ ਆਦਿ ਛਕ ਰਹੇ ਹਾਂ ਦੁੱਧ ਬਾਰ ਵਿਵਸਥਾ ਤੁਝੇ ਪਿਆਰੇ ਦੁੱਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਜਦੋਂ ਬੁੱਢਾ ਬੰਦਾ ਹੋ ਜਾਂਦਾ ਹੈ ਉੱਪਰ ਸਾਪ ਸੈਨ ਮੁਖ ਪਿਆਓ ਬੈਠ ਪੌਦੈ ਜਦੋਂ ਹੱਥ ਪੈਰ ਕੰਮ ਨਹੀਂ ਕਰਦੇ ਛੇਕ ਕਰਨ ਲੱਗ ਪੈਂਦੇ ਹਨ ਉਦੋਂ ਵੀ ਇੰਤਜ਼ਾਮ ਕੀਤੇ ਹੋਏ ਹਨ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੁਖ ਅਪਿਆਓ ਬੈਠ ਪੌਦੈਨ ਬੈਠੇ ਦੇ ਮੂੰਹ ਵਿੱਚ ਪਾਉਂਦੇ ਹਨ ਪੁੱਤਰ ਪੋਤਰੇ ਬਾਲ ਬੱਚੇ ਤੇਰਾ ਦਿੱਤਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਤੇਰਾ ਦਿੱਤਾ ਪਹਿਨਾ ਖਾਓ ਵਾਹਿਗੁਰੂ ਜੀ ਤੁਹਾਡਾ ਦਿੱਤਾ ਪਹਿਨਦੇ ਹਾਂ ਅਤੇ ਖਾਂਦੇ ਹਾਂ ਜੋ ਸਾਡੇ ਵਿੱਚ ਉਦਮ ਹੈ ਅਸੀਂ ਉਦਮ ਨਹੀਂ ਕਰ ਸਕਦੇ ਸਾਡੀ ਤਾਂ ਅਰਦਾਸ ਹੈ ਉਦਮ ਕਰੋ ਕਰਾਵੋ ਠਾਕੁਰ ਤੁਸੀਂ ਉਦਮ ਕਰਾਓਗੇ ਤਾਂ ਅਸੀਂ ਸਾਧ ਸੰਗਤ ਵਿੱਚ ਜਾ ਕੇ ਘੜੀ ਬੈਠ ਸਕਾਂਗੇ ਉਦਮ ਸੋਈ ਕਰਾਏ ਪ੍ਰਭ ਉਹ ਉਦਮ ਕਰਵਾਓ ਸਤਿਗੁਰੂ ਜੀ ਬੰਦੇ ਕੋਲੋਂ ਬੰਦੀ ਕੋਲੋਂ ਜਿਹਦੇ ਨਾਲ ਇਹ ਬੰਦਾ ਤੇ ਬੰਦੀ ਸਾਧ ਸੰਗਤ ਵਿੱਚ ਜਾ ਕੇ ਮਿਲ ਕੇ ਬੈਠ ਜਾਵੇ ਅਤੇ ਵਾਹਿਗੁਰੂ ਜੀ ਆਪ ਜੀ ਦੇ ਗੁਣ ਗਾਉਣੇ ਕਰੇ ਉਦਮ ਸੋਈ ਕਰਾਏ ਪ੍ਰਭ ਵਾਹਿਗੁਰੂ ਮੇਰੇ ਸਾਧੂ ਗੁਣ ਗਾਏ ਸਾਧ ਸੰਗਤ ਵਿੱਚ ਜਾ ਕੇ ਅਕਾਲ ਪੁਰਖ ਜੀ ਆਪ ਜੀ ਦੇ ਗੁਣ ਗਾਇਨ ਕਰੀਏ ਹੋਰ ਕੋਈ ਥਾਂ ਨਜ਼ਰ ਨਹੀਂ ਆਉਂਦੀ ਬਿਨਾਂ ਸਾਧ ਸੰਗਤ ਤੋਂ ਸਾਧ ਸੰਗਤ ਕੈ ਬਾਸ ਬੈ ਕਲ ਮਲ ਸਭ ਨਸਣਾ ਸਾਰੀਆਂ ਕਾਲਕਾਂ ਅੰਦਰ ਦੀਆਂ ਦੂਰ ਹੋ ਜਾਂਦੀਆਂ ਹਨ ਜਦੋਂ ਗੁਰੂ ਘਰ ਬੰਦਾ ਚਲਾ ਜਾਵੇ ਸਾਧ ਸੰਗਤ ਵਿੱਚ ਚਲਾ ਜਾਵੇ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹ ਸਾਖਤ ਸੰਗ ਨ ਕੀਜੀਏ ਜਾਤੇ ਹੋਏ ਬਿਨਾਹ ਭਗਤ ਕਬੀਰ ਜੀ ਪਵਿੱਤਰ ਪਾਵਨ ਗੁਰਬਾਣੀ ਵਿੱਚ ਫਰਮਾਉਂਦੇ ਹਨ ਸਾਧ ਸੰਗਤ ਕੀਤੀਆਂ ਕਿਤਨੇ ਦੁੱਖ ਚਲੇ ਜਾਂਦੇ ਹਨ ਕਿਤਨੇ ਵਿਕਾਰ ਚਲੇ ਜਾਂਦੇ ਹਨ ਮੇਰੇ ਮਾਧੋ ਜੀ ਸਤ ਸੰਗਤ ਮਿਲੇ
ਜਿਹੜਾ ਸੰਗਤ ਵਿੱਚ ਮਿਲ ਗਿਆ, ਸੱਚੀ ਸੰਗਤ ਵਿੱਚ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਬਹਿ ਗਿਆ, ਉਹ ਤਰ ਗਿਆ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਹੋਰ ਕੋਈ ਥਾਂ ਨਹੀਂ। ਦੂਜੀ ਜਾਏ ਨਾ ਸੁਝਈ ਜਾਏ ਭਾਵ ਥਾਂ, ਦੂਜੀ ਜਾਏ ਨਾ ਸੁਝਈ। ਸਤਿਗੁਰ ਜੀ, ਹੋਰ ਕੋਈ ਥਾਂ ਸੁਝਦੀ ਨਹੀਂ, ਦਿਸਦੀ ਨਹੀਂ, ਨਜ਼ਰ ਨਹੀਂ ਆਉਂਦੀ, ਸਾਹਮਣੇ ਨਹੀਂ ਪੈਂਦੀ। ਕਿੱਥੇ ਕੂਕਣ ਜਾਵਾਂ, ਬਿਨਾਂ ਸਾਧ ਸੰਗਤ ਤੋਂ ਕਿੱਥੇ ਕੂਕਣ ਜਾਵਾਂ, ਕਿੱਥੇ ਵਾਹਿਗੁਰੂ ਜੀ ਤੁਹਾਡਾ ਨਾਮ ਜਪਣ ਜਾਵਾਂ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਓ। ਦੂਜੀ ਜਾਏ ਨਾ ਸੁਝਈ, ਕਿੱਥੇ ਕੂਕਣ ਜਾਵਾਂ, ਮੈਂ ਕਿੱਥੇ ਪੁਕਾਰ ਕਰਨ ਜਾਵਾਂ। ਸਤਿਗੁਰ ਜੀ, ਹੋਰ ਕੋਈ ਤੁਹਾਡੇ ਤੋਂ ਬਿਨਾਂ ਜਗ੍ਹਾ ਨਜ਼ਰ ਨਹੀਂ ਆਉਂਦੀ। ਇੱਕ ਤੁਹਾਡਾ ਦਰ ਐਸਾ ਹੈ ਜਿੱਥੇ ਜਾਣ ਨਾਲ ਅਗਿਆਨ ਦਾ ਵਿਨਾਸ਼ ਹੋ ਜਾਂਦਾ ਹੈ, ਅਗਿਆਨ ਦੂਰ ਹੋ ਜਾਂਦਾ ਹੈ, ਗਿਆਨ ਦਾ ਦੀਵਾ ਬਲ ਪੈਂਦਾ ਹੈ। ਦੀਵਾ ਬਲੇ ਅੰਧੇਰਾ ਜਾਏ, ਅਗਿਆਨ ਬਿਨਾਸਨ ਤਮ ਹਰਣ। ਤਮ ਹਨੇਰੇ ਨੂੰ ਕਹਿੰਦੇ ਨੇ, ਜਿਹੜੇ ਅੰਧਕਾਰ ਵਿੱਚ ਮਨ ਭਟਕ ਰਿਹਾ ਹੈ, ਉਸ ਤਮ ਨੂੰ, ਉਸ ਹਨੇਰੇ ਨੂੰ ਵਾਹਿਗੁਰੂ ਜੀ ਹਰਣ ਕਰ ਲੈਂਦੇ ਹਨ, ਦੂਰ ਕਰ ਦਿੰਦੇ ਹਨ। ਉੱਚੇ ਅਗਮ ਅਮਾਓ, ਉੱਚੇ ਤੇ ਉੱਚਾ ਭਗਵੰਤ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਉੱਚਿਆਂ ਤੋਂ ਉੱਚੇ ਹੋ। ਅਗਮ ਅਗਾਧ ਦੇ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਅਗਿਆਨ ਬਿਨਾਸਨ ਤਮ ਹਰਣ, ਉੱਚੇ ਅਗਮ ਅਮਾਓ। ਸਾਰੀਆਂ ਮਨ ਤਥਾ ਇੰਦਰੀਆਂ ਨੂੰ ਵਸ ਕਰ ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾ ਕਰੋ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰੋ, ਸਾਧ ਸੰਗਤ ਦੇ ਵਿੱਚ ਮਿਲ ਕੇ ਨਾਮ ਜਪਣ ਦੀ ਸੋਝੀ ਬਖਸ਼ਿਸ਼ ਕਰੋ। ਵਾਹਿਗੁਰੂ, 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 ਵਾਹਿਗੁਰੂ। ਮਨ ਵਿਛੜਿਆ ਭਰੀ ਪਈ ਹੈ ਦੁਨੀਆ, ਸਰੀਰਾਂ ਦੇ ਨਾਲ, ਤਨਾਂ ਦੇ ਨਾਲ, ਦੀਆਂ ਦੇ ਨਾਲ, ਉਹਨਾਂ ਦੇ ਵਿੱਚ ਮਨ ਰਹਿ ਰਿਹਾ ਹੈ ਜਿਹੜਾ ਵਿਛੜ ਗਿਆ ਹੈ ਆਪਣੇ ਮਾਲਕ ਨਾਲ। ਜਿਸ ਦਿਨ ਦਾ ਜਨਮ ਲਿਆ ਹੈ ਉਦੋਂ ਦਾ ਹੀ ਵਿਛੜ ਗਿਆ ਹੈ। ਲਾਗਤ ਪਵਨ ਬਾਹਰਲੀ ਹਵਾ ਲੱਗੀ ਨਹੀਂ, ਖਸਮ ਵਿਸਰਾਇਆ ਆਪਣੇ ਖਸਮ ਨੂੰ, ਆਪਣੇ ਮਾਲਕ ਨੂੰ ਉਦੋਂ ਦਾ ਭੁੱਲਿਆ ਹੋਇਆ। ਮਾਂ ਦੀ ਕੁੱਖ ਵਿੱਚ ਪੁੱਠਾ ਲਟਕਿਆ ਹੋਇਆ ਸੀ, ਇੱਕ ਇੱਕ ਸਵਾਸ ਨਾਲ ਉਰਧ ਮੁੱਖ ਹੋ ਕੇ ਜਪ ਰਿਹਾ ਸੀ ਵਾਹਿਗੁਰੂ, 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 ਮਾਲਕ ਮੈਨੂੰ ਇਸ ਅੰਧਕਾਰ ਦੇ ਵਿੱਚੋਂ ਬਾਹਰ ਕੱਢ। ਸਿਰ ਤਲੇ ਸੀ, ਪੈਰ ਉੱਪਰ ਸਨ, ਸਿਰ ਤਲੇ ਪੈਰ ਉੱਪਰੇ, ਵਸੰਦੋ ਕੋ ਹਥੜੇ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰੇ ਹੋ, ਉਧਰੇ ਦਿਸਦੇ ਨਾ। ਮਨ ਵਿਛੜਿਆ ਹੋਇਆ ਸਤਿਗੁਰ ਤੇ ਵਿਛੜੇ, ਜਿਹੜੇ ਜਿਹੜੇ ਮਨ ਸਤਿਗੁਰੂ ਜੀ ਨਾਲ ਵਿਛੜ ਗਏ ਹਨ, ਕਿੰਨੀ ਦੁੱਖ ਪਾਇਆ। ਇੰਜ ਲੱਗਦਾ ਪੂਰੀ ਦੁਨੀਆਂ ਦੇ ਮਨ ਵਿਛੜੇ ਪਏ ਹਨ, ਤਾਂਹੀਓ ਸਤਿਗੁਰੂ ਜੀ ਕਹਿੰਦੇ ਹਨ, ਨਾਨਕ ਦੁਖੀਆ ਸਭ ਸੰਸਾਰ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਮਨ ਵਿਛੜਿਆ ਇਹ ਹੁਣ ਕਿਵੇਂ ਮਿਲੇ? ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੀਏ। ਹਰ ਮੇਲੀ ਐ
ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਮਿਲਾਉਣਾ ਕਰੀਏ, ਵਿਛੜੇ ਹੋਏ ਨੂੰ ਜੋੜਨਾ ਕਰੀਏ। ਨਾਨਕ ਹੋ ਸੁਆਓ, ਇਹ ਜਨਮ ਜਿਹੜਾ ਮਿਲਿਆ ਹੈ ਮਨੁੱਖਾ, ਬਸ ਇਹਦਾ ਇਹੀਓ ਪ੍ਰਯੋਜਨ ਹੈ, ਇਹ ਆਪਣੇ ਮਾਲਕ ਨੂੰ ਮੁੜ ਕੇ ਮਿਲ ਪਵੇ। ਦਿਨ ਰਹਿਣ ਦੇ ਸ਼ਬਦ ਦੀ ਅੱਜ ਸਮਾਪਤੀ ਹੈ। ਸਾਡੇ ਦਿਨ ਜਿਹੜੇ ਸਾਨੂੰ ਮਿਲੇ ਹਨ, ਰਾਤਾਂ ਜਿਹੜੀਆਂ ਰਹਿਣ ਸਾਨੂੰ ਮਿਲੀਆਂ ਹਨ, ਉਹ ਤਾਂ ਹੀ ਉਹ ਸਫਲੀਆਂ ਹਨ ਜੇ ਅਸੀਂ ਉਹਨਾਂ ਦਿਨਾਂ ਦੇ ਵਿੱਚ ਰਾਤਾਂ ਦੇ ਵਿੱਚ ਉਸ ਪਰਮੇਸ਼ਰ ਨੂੰ ਅਕਾਲ ਪੁਰਖ ਜੀ ਨੂੰ ਯਾਦ ਕਰੀਏ, ਵਾਹਿਗੁਰੂ ਵਾਹਿਗੁਰੂ ਜਪੀਏ, ਆਪਣੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹੀਏ, ਤਾਂ ਉਹ ਦਿਨ ਜਿਹੜੇ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦਿਨ ਰਹਿਣ ਇਹ ਗੁਰਬਾਣੀ ਗੁਰਸਿੱਖਾਂ ਵਾਸਤੇ ਸਭਨਾ ਵਾਸਤੇ ਲਿਖੀ ਹੈ। ਦੁਨੀਆਂ ਦੇ ਲੋਕ ਆਪਣਾ ਦਿਨ ਜਿਹੜਾ ਹੈ ਉਹਦੇ ਵਿੱਚ ਵੀ ਨਾਮ ਜਪਣ, ਰਾਤਾਂ ਨੂੰ ਵੀ ਉੱਠ ਉੱਠ ਕੇ ਅਕਾਲ ਪੁਰਖ ਜੀ ਦਾ ਸਿਮਰਨ ਕਰਨ, ਪਰ ਇਹ ਤਾਂ ਕੁਝ ਹੋਰ ਹੀ ਕਰੀ ਜਾਂਦੇ ਹਨ। ਰਾਤ ਜੀ ਸੋਵ ਹੈ ਦਿਨ ਕਰ ਹੈ ਕਾਮ, ਇੱਕ ਥਿਨ ਲਿਹ ਨਾ ਹਰ ਕੋ ਨਾਮ। ਰਾਤ ਵੀ ਗਵਾ ਬਹਿੰਦੇ ਹਨ, ਦਿਨ ਵੀ ਗਵਾ ਬਹਿੰਦੇ ਹਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਾਝ ਮਹੱਲਾ ਪੰਜਵਾਂ, ਦਿਨ ਰਹਿਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਸ ਸਾਰੇ ਸ਼ਬਦ ਦੁਆਰਾ ਯਾਦ ਕਰਾਇਆ ਹੈ। ਭਾਈ ਜੇ ਰਾਤ ਨੂੰ ਜਾਗ ਵੀ ਆ ਜਾਵੇ, ਉੱਠ ਕੇ ਬੈਠ ਜਾਓ, ਨਾਮ ਜਪੋ, ਸਤਨਾਮ ਸ੍ਰੀ ਵਾਹਿਗੁਰੂ। ਸ਼ਬਦ ਦੀ ਸਮਾਪਤੀ ਹੈ। ਅਖੀਰ ਵਿੱਚ ਇਹ ਜੋ ਦਿਨ ਰਹਿਣ ਦਾ ਸ਼ਬਦ ਹੈ, ਸਤਿਗੁਰੂ ਜੀ ਕਹਿੰਦੇ ਹਨ ਆਪਣੇ ਗੁਰੂ ਦੇ ਚਰਨ ਪਰਸੋ, ਗੁਰੂ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ। ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਧੰਨ 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 ਸਾਹਿਬ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ। ਸਰਬ ਕਲਿਆਣਾ ਤਿਤ ਦਿਨ, ਉਹ ਦਿਨ ਭਾਗਾਂ ਵਾਲੇ ਹਨ, ਉਹ ਦਿਨ ਕਲਿਆਣ ਕਰਨ ਵਾਲੇ ਹਨ। ਹਰ ਪਰਸੀ ਗੁਰ ਕੇ ਪਾਓ, ਜਦੋਂ ਗੁਰੂ ਦੇ ਸਤਿਗੁਰੂ ਜੀ ਦੇ ਆ ਕੇ ਚਰਨ ਪਰਸੀ ਆਪਣਾ ਮੱਥਾ ਧਰ ਦਈਏ ਗੁਰਦੁਆਰੇ ਆ ਕੇ ਗੁਰੂ ਦੇ ਚਰਨਾਂ ਵਿੱਚ, ਉਹ ਦਿਨ ਕਲਿਆਣ ਰੂਪ ਹੋ ਜਾਵੇਗਾ, ਉਹ ਰਾਤਾਂ ਕਲਿਆਣ ਰੂਪ ਹੋ ਜਾਣਗੀਆਂ। ਜਦੋਂ ਰਾਤ ਉੱਠ ਉੱਠ ਕੇ ਪਵਿੱਤਰ ਪਾਵਨ ਗੁਰਬਾਣੀ ਰਹਿਣ ਸਬਾਈਆਂ ਗੁਰੂ ਦੇ ਸਾਧ ਸੰਗਤ ਵਿੱਚ ਮਿਲ ਕੇ ਦਰਸ਼ਨ ਕਰਾਂਗੇ। ਤੋ ਗੁਰੂ ਪਿਆਰਿਓ, ਇਹ ਸ਼ਬਦ ਸੀ ਦਿਨ ਰਹਿਣ। ਸ਼ਬਦ ਦੇ ਉੱਪਰ ਲਿਖਿਆ ਹੋਇਆ ਹੈ ਮਾਝ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੁਗੋ ਜੁਗਾ ਟਲ ਧੰਨ 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 ਸਾਹਿਬ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਜੀ ਉਹ ਦਾਸ ਦਿਲਬਾਗ ਸਿੰਘ ਪਾਸੋਂ ਪਵਿੱਤਰ ਪਾਵਨ ਗੁਰਬਾਣੀ ਦੀ ਕਥਾ ਕਰਦੇ ਹਾਂ। ਸਤਿਗੁਰ ਜੀ ਤੁਸੀਂ ਜਾਣਦੇ ਹੋ ਇਹਨਾਂ ਸ਼ਬਦਾਂ ਦੀ ਕਥਾ ਕੀ ਹੈ। ਅਕਥ ਕਥਾ ਕਥੀ ਨਾ ਜਾਏ, ਕਈ ਨਹੀਂ ਜਾ ਸਕਦੀ, ਫਿਰ ਵੀ ਤੁਛ ਬੁੱਧੀ ਅਨੁਸਾਰ ਜੋ ਬੁੱਧ ਤੁਸਾਂ ਨੇ ਬਖਸ਼ਿਸ਼ ਕੀਤੀ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਪਿੰਨ ਪਿੰਨ ਤੋਹੇ ਦਿੱਤੀ। ਮਹਾਰਾਜ ਜਿਵੇਂ ਜਿਵੇਂ ਤੁਸਾਂ ਬੁੱਧ ਬਖਸ਼ਿਸ਼ ਕੀਤੀ ਹੈ, ਤਿਵੇਂ ਤਿਵੇਂ ਦੁਨੀਆਂ ਆਪ ਜੀ ਦੀ ਅਕਥ ਕਥਾ ਨੂੰ ਗਾ ਰਹੀ ਹੈ। ਦਾਸ ਨੂੰ ਖਿਮਾ ਕਰ ਦੇਣਾ, ਤੁਕ ਲਾ ਕੰਨਾ ਅੱਖਰ ਅੱਗੇ ਪਿੱਛੇ ਪੜਿਆ ਗਿਆ ਹੈ। ਸਤਿਗੁਰ ਜੀ ਖਿਮਾ ਕਰ ਦਿਓ, ਸਤਿਗੁਰ ਜੀ ਬਖਸ਼ ਦਿਓ, ਸਤਿਗੁਰ ਜੀ ਅੱਗੇ ਤੋਂ ਸਮੱਤੀ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰੋ, ਤੁਸੀਂ ਬਖਸ਼ਣਹਾਰ ਹੋ। ਜਿਨ੍ਹਾਂ ਸੰਗਤਾਂ ਨੇ ਪਵਿੱਤਰ ਪਾਵਨ ਗੁਰਬਾਣੀ ਦਿਨ ਰਹਿਣ ਦੇ ਚਾਰ ਐਪੀਸੋਡ ਸਰਵਣ ਕੀਤੇ ਹਨ ਪਵਿੱਤਰ ਪਾਵਨ ਗੁਰਬਾਣੀ ਦੇ ਵਿੱਚੋਂ, ਪਿਆਰਿਓ ਆਪ ਵੀ ਦਾਸ ਨੂੰ ਖਿਮਾ ਕਰ ਦੇਣਾ, ਬਹੁਤ ਭੁੱਲਾਂ ਹੋ ਜਾਂਦੀਆਂ ਹਨ, ਬੰਦਾ ਭੁੱਲਣ ਹਾਰ ਹੈ। ਭੁੱਲਣ ਵਿੱਚ ਕੀਆ
सब कोई करता आप ना भुले बाकी सारी दुनिया भुल जाती है खिमा कर देना खिमा कर देना खिमा कर देना बहुत भुला हो जांदियां हन। ये सारी सेवा यूट्यूब ने की है भागा वाली है यूट्यूब दही भावे थोड़ा जहा हो बड़ा दुध जम जाता है जिहड़ी साइड है संतां वाली महापुरखां वाली धन धन सतगुरु गुरु ग्रंथ साहिब महाराज जी की पवित्र पावन गुरबाणी दे पाठ वाली कथा वाली ए जिहड़ियां पौड़ियां रब वल जा रही हैं अकाल पुरख जी वल जा रही हैं आ जिहड़ी सेवा यूट्यूब ने की है ये कदी वृथी नहीं जाएगी। अरदास बेनती है दोवें हाथ जोड़ के धन 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 गुरु ग्रंथ साहिब सच्चे पातशाह जी यूट्यूब दे सेवादारां नूं वर्करां नूं जिन्हां ने भी यूट्यूब बनाई है आ साइड जिहड़ी बनाई है वाहिगुरु जी उन्हां नूं सदा चढ़दियां कला बख्शिश करनियां उन्हां दे सिर ते मेहर भरिया हथ रखना सदा यूट्यूब नूं चढ़दी कला विच रखना कदी ते कोई भुलिया भटकिया मन पवित्र पावन गुरबाणी नूं सरवण करेगा कोई अखर मन विच वस जावेगा अकाल पुरख वाहिगुरु जी निहाल हो जाणगे। एक अखर हर मन बसत नानक होत निहाल की पता केड़े अखर नाल भला हो जाना है। गुरबाणी विचार लीड्स यूके तो ये पवित्र पावन गुरबाणी की कथा आपने सरवण की है लड़ीवार कथा गुरु ग्रंथ साहिब महाराज जी की तां लिखिया है गुरबाणी विचार लीड्स यूके तो लड़ीवार नित धन धन गुरु ग्रंथ साहिब महाराज जी विचों शब्द लैके दासरा कथा करता है साध संगत सुन के हो सकता है कोई शब्द गुरु ग्रंथ साहिब महाराज जी का हिरदे वस जाए क्योंकि बिना गुरबाणी तो कोई सच नहीं दसन वाला कोई अकाल पुरख जी दे नाल नहीं जोड़न वाला एक गुरबाणी है जिहड़ी अकाल पुरख जी नाल जोड़दी है। एक धन गुरु गोबिंद सिंह महाराज जी हैं जिहड़े अकाल पुरख जी दे नाल जोड़दे हैं। ए बाणी जो जी हूं जाने तिस अंतर रवै हर नामा जेड़ा इस पवित्र पावन गुरबाणी नूं पढ़दा है सुनदा है और दे हिरदे विच अकाल पुरख वाहिगुरु जी वसदे हन भुला ना चितारना वाहिगुरु जी का खालसा वाहिगुरु जी की फतेह।